ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ, ਉਹਨਾਂ ਹੜ੍ਹਾਂ ਦੇ ਨਾਲ ਜਿੱਥੇ ਬਹੁਤ ਸਾਰਾ ਸਮਾਨ ਰੁੜ ਜਾਂਦਾ, ਉੱਥੇ ਬਹੁਤ ਸਾਰੇ ਖੁਆਬ ਜਿਹੜੇ ਲੋਕਾਂ ਦੇ ਜਿਹੜੇ ਸੁਪਨੇ ਨੇ ਉਹ ਰੁੜ ਜਾਂਦੇ ਨੇ। ਔਰ ਭਾਵੇਂ ਪਾਣੀ ਚਲਾ ਗਿਆ, ਪਰ ਜਿਹੜੀਆਂ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਆਈਆਂ ਰੁਕਾਵਟਾਂ ਨੇਗੀਆਂ, ਉਹ ਅਜੇ ਪਤਾ ਨਹੀਂ ਕਿੰਨੇ ਸਾਲਾਂ ਤੱਕ ਇਸੇ ਤਰ੍ਹਾਂ ਹੀ ਜਿਹੜੀਆਂ ਨਸੂਰ ਬਣ ਕੇ ਚੁਭਦੀਆਂ ਰਹਿਣਗੀਆਂ। ਫਿਰ ਵੀ ਅਸੀਂ ਦੂਰ ਦੁਰਾਡੇ ਬੈਠੇ ਆਪਣੇ ਵੱਲੋਂ ਸਾਰੇ ਉਪਰਾਲੇ ਕਰਦੇ ਹਾਂ, ਦੁਆਵਾਂ ਕਰਦੇ ਹਾਂ, ਅਰਦਾਸਾਂ ਕਰਦੇ ਹਾਂ। ਅਰਦਾਸਾਂ ਦੇ ਨਾਲ ਨਾਲ ਅਸੀਂ ਬਣਦਾ ਜਿਹੜਾ ਦਸਵੰਧ ਆ ਉਹ ਵੀ ਕੱਢਦੇ ਹਾਂ। ਔਰ ਖਾਲਸਾ ਏਡ ਸੰਸਥਾ ਜਿਹੜੀ ਆਪਣੇ ਵੱਲੋਂ ਇਸ ਪੂਰੇ ਪ੍ਰੋਗਰਾਮ ਦੇ ਵਿੱਚ, ਇਸ ਪੂਰੇ ਜਿਹੜੇ ਕਾਰਜ ਦੇ ਵਿੱਚ ਮੋਹਰੀ ਹੋ ਕੇ ਅੱਜ ਦੀ ਡੇਟ ਦੇ ਵਿੱਚ ਆਪਣਾ ਜਿਹੜਾ ਫਰਜ਼ ਨਿਭਾ ਰਹੀ ਆ। ਅਸੀਂ ਆਪਣੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਵਿਅਸਤ ਹੁੰਦੇ ਹੋਏ, ਹੋ ਸਕਦਾ ਅਸੀਂ ਉੱਥੇ ਜਾ ਕੇ ਨਹੀਂ ਗਰਾਊਂਡ ਲੈਵਲ ਦੇ ਉੱਪਰ, ਜ਼ੀਰੋ ਗਰਾਊਂਡ ਦੇ ਉੱਪਰ ਅਸੀਂ ਕੰਮ ਕਰ ਸਕਦੇ, ਪਰ ਹਾਂ ਅਸੀਂ ਆਪਣੇ ਵਣ ਦਾ ਜਿਹੜਾ ਯੋਗਦਾਨ ਆ ਉਹ ਅਸੀਂ ਪਾ ਸਕਦੇ ਹਾਂ। ਖਾਲਸਾ ਐਡ ਵੱਲੋਂ ਆਸਟ੍ਰੇਲੀਆ ਵਾਈਡ ਜਿਹੜੇ ਪ੍ਰੋਗਰਾਮ, ਆਸਟ੍ਰੇਲੀਆ ਵਾਈਡ ਫੰਡ ਰੇਜ਼ਿੰਗ ਦੇ ਜਿਹੜੇ ਪ੍ਰੋਗਰਾਮ ਨੇਗੇ ਉਹ ਕੀਤੇ ਜਾ ਰਹੇ ਨੇ, ਜਿਸ ਦੇ ਵਿੱਚ ਸਿਡਨੀ ਉਸ ਸੀਰੀਜ਼ ਦੇ ਵਿੱਚ ਹੋ ਚੁੱਕੇ ਆ। ਇਸੇ ਤਰ੍ਹਾਂ ਉਸ ਸੀਰੀਜ਼ ਦੇ ਤਹਿਤ, ਉਸ ਲੜੀ ਦੇ ਤਹਿਤ ਐਡੀਲਡ ਦੇ ਵਿੱਚ ਇਹ ਪ੍ਰੋਗਰਾਮ ਦੀ ਜਿਹੜੀ ਆਯੋਜਨ ਕੀਤਾ ਜਾ ਰਿਹਾ। ਐਡੀਲਡ ਦੇ ਵਿੱਚ ਸਰਬੱਤ ਖਾਲਸਾ ਗੁਰਦੁਆਰਾ ਜਿਹੜਾ ਪ੍ਰੋਸਪੈਕਟ ਦੇ ਵਿੱਚ ਆ, ਉਸ ਦੇ ਵਿੱਚ ਕੱਲ੍ਹ ਸ਼ਾਮ ਨੂੰ, ਕੱਲ੍ਹ ਸ਼ਾਮ ਯਾਨੀ ਕਿ ਸ਼ਨੀਵਾਰ 31 ਅਗਸਤ 2019 ਦੀ ਸ਼ਾਮ ਨੂੰ 5:30 ਵਜੇ ਤੋਂ ਬਾਅਦ ਜਿਹੜੀ ਸੰਗਤ ਨੇ ਉੱਥੇ ਇਕੱਠੇ ਹੋਣਾ ਔਰ ਆਪਣੇ ਵੱਲੋਂ ਜਿਹੜਾ ਬਣਦਾ ਜਿਹੜਾ ਦਸਵੰਧ ਆ ਉਹ ਕੱਢਣ ਦੀ ਕੋਸ਼ਿਸ਼ ਕਰਨਗੇ। ਸੋ ਇੱਕ ਚੰਗਾ ਉਪਰਾਲਾ ਹੋਵੇਗਾ ਕਿ ਜੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਸੰਯੁਕਤ ਰੂਪ ਦੇ ਵਿੱਚ ਇੱਕ ਚੰਗਾ ਅਮਾਊਂਟ ਇਕੱਠਾ ਕਰਕੇ ਅਸੀਂ ਉਸ ਸੰਸਥਾ ਤੱਕ ਪਹੁੰਚਾਈਏ। ਐਡੀਲਟ ਬਹੁਤ ਸਾਰੇ ਕਾਰਜਾਂ ਦੇ ਵਿੱਚ ਮੋਹਰੀ ਰਿਹਾ ਔਰ ਉਮੀਦ ਕਰਦੇ ਹਾਂ ਇਸ ਕਾਰਜ ਦੇ ਵਿੱਚ ਵੀ ਵੱਧ ਚੜ੍ਹ ਕੇ ਅਸੀਂ ਹਿੱਸਾ ਪਾਵਾਂਗੇ ਔਰ ਆਪਣਾ ਬਣਦਾ, ਆਪਣੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਬਣਦਾ ਜਿਹੜਾ ਦਸਵੰਧ ਆ ਜ਼ਰੂਰ ਕੱਢਾਂਗੇ। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ, ਅਤੇ ਉਮੀਦ ਕਰਦੇ ਹਾਂ ਤੁਸੀਂ ਆਪਣੇ ਦਰਸ਼ਨ ਦਿਓਗੇ ਔਰ ਇਸ ਸ਼ੁਭ ਕਾਰਜ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓਗੇ।